ਇਸ ਤਜਰਬੇ ਲਈ ਤੁਹਾਨੂੰ 2 ਸਟਰੋਜ਼, ਪਾਣੀ ਦਾ ਗਲਾਸ ਅਤੇ ਛੋਟੀਆਂ ਸਟੀਰੋਫੋਮ ਗੇਂਦਾਂ ਚਾਹੀਦੀਆਂ ਹਨ। ਸਟਰੋ ਦੀਆਂ 1/3 ਦੀ ਦੂਰੀ 'ਤੇ ਇੱਕ ਅੱਧਾ ਕੱਟ ਬਣਾਓ ਅਤੇ 90 ਡਿਗਰੀ 'ਤੇ ਕੋਣ 'ਤੇ ਸਟਰੋ ਮੋੜੋ। ਰਬੜ ਦਾ ਇੱਕ ਟੁਕੜਾ ਜੋੜ ਦਿਓ ਤਾਂ ਕਿ ਦੋਨੋਂ ਸਿਰੇ 90 ਡਿਗਰੀ ਕੋਣ 'ਤੇ ਰਹਿਣ। ਛੋਟੇ ਹਿੱਸੇ ਨੂੰ ਪਾਣੀ ਦੇ ਗਲਾਸ ਵਿੱਚ ਪਾਓ ਅਤੇ ਦੂਜੇ ਹਿੱਸੇ ਵਿੱਚ ਫੂਕ ਮਾਰੋ। ਤੁਸੀਂ ਦੇਖੋਗੇ ਕਿ ਪਾਣੀ ਸਪਰੇਅ ਦੀ ਤਰ੍ਹਾਂ ਬਾਹਰ ਨਿਕਲੇਗਾ। ਇਹ ਨੇੜਿਓਂ ਦੇਖਣ 'ਤੇ ਬਹੁਤ ਸੋਹਣਾ ਲੱਗੇਗਾ। ਹੁਣ ਮੋਟੀ ਸਟਰੋ ਨੂੰ ਕੱਟੋ ਅਤੇ ਫਿਰ ਤੋਂ ਰਬੜ ਜੋੜ ਦਿਓ ਤਾਂ ਕਿ ਦੋਨੋਂ ਕੋਨੇ 90 ਡਿਗਰੀ ਕੋਣ 'ਤੇ ਹੋਣ। ਸਟਰੋ ਦੇ ਛੋਟੇ ਹਿੱਸੇ ਨੂੰ ਛੋਟੀਆਂ ਸਟੀਰੋਫੋਮ ਗਰਾਸ ਵਿੱਚ ਪਾ ਦਿਓ। ਜਿਵੇਂ ਹੀ ਤੁਸੀਂ ਦੂਜੇ ਕੋਨੇ 'ਤੇ ਹਵਾ ਮਾਰੋਗੇ ਤਾਂ ਗੇਂਦਾਂ ਬਾਹਰ ਨੂੰ ਉਛਲਣਗੀਆਂ ਅਤੇ ਬਹੁਤ ਖੂਬਸੂਰਤ ਲੱਗਣਗੀਆਂ।